ਜਿੱਥੇ ਪੂਰੀ ਦੁਨੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 548ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵ ਨਾਲ ਮਨਾਇਆ ਗਿਆ। ਉੱਥੇ ਹੀ ਅੰਮ੍ਰਿਤਸਰ ਦੇ ਵਾਰਡ ਨੰਬਰ 25 ਕ੍ਰਿਸ਼ਨਾ ਨਗਰ ਵਿੱਚ ਵੀ ਸੋਨੀਆ ਅਰੋੜਾ ਤੇ ਰਮੇਸ਼ ਅਰੋੜਾ ਦੀ ਨਿਗਰਾਨੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬਹੁਤ ਹੀ ਧੂਮ ਧਾਮ ਨਾਲ ਮਨਾਇਆ, ਜਿਸ ਵਿੱਚ ਦੂਰੋਂ ਨੇੜਿਓਂ ਆ ਕੇ ਸੰਗਤਾਂ ਨੇ ਹਾਜ਼ਰੀ ਲਗਾਈ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਮਤਾ ਦੱਤਾ, ਵਿਕਾਸ ਸੋਨੀ, ਰਮੇਸ਼ ਅਰੋੜਾ ਅਤੇ ਹੋਰ ਕਈ ਖਾਸ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ। ਦਿਨ ਗੁਰਪੁਰਬ ਦਾ ਔਰ ਲੱਖ ਲੱਖ ਵਧਾਈਆਂ ਸਾਰੀਆਂ। ਔਰ ਅੱਜ ਇਸ ਮੌਕੇ ਦੇ ਉੱਤੇ ਵਿੱਕੀ ਜੀ ਹੋਰਾਂ ਨੇ, ਡਾਕਟਰ ਮਹਾਜਨ ਸਾਹਿਬ ਨੇ ਔਰ ਇਹਨਾਂ ਦੀ ਸਾਰੀ, ਰਮੇਸ਼ ਜੀ ਨੇ, ਇਹਨਾਂ ਦੀ ਸਾਰੀ ਟੀਮ ਨੇ ਅੱਜ ਜਨਮ ਦਿਨ ਦੀ ਖੁਸ਼ੀ ਦੇ ਵਿੱਚ, ਗੁਰਪੁਰਬ ਦੀ ਖੁਸ਼ੀ ਦੇ ਵਿੱਚ ਕੇਕ ਕੱਟਿਆ ਤੇ ਅਸੀਂ ਉਸ ਪਰਮੇਸ਼ਵਰ ਉਸ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸੇ ਤਰੀਕੇ ਦੇ ਨਾਲ ਇਹ ਭੈਣ ਭਰਾਵਾਂ ਦੇ ਵਿੱਚ ਭਾਈਚਾਰਾ ਬਣਿਆ ਰਹੇ ਤੇ ਉਹ ਸਾਡੇ ਮਹਾਰਾਜ ਸਾਹਿਬ ਜਿਹੜੇ ਸਭ ਦੀਆਂ ਮਨੋਕਾਮਨਾ ਨੂੰ ਅੱਜ ਦੇ ਇਸ ਦਿਨ ਤੇ ਪੂਰੀਆਂ ਕਰਨ। ਬਾਬਾ ਜੀ ਜਨਮ ਦਿਹਾੜੇ ਤੇ ਮੈਂ ਸਾਰੇ ਆਪਣੇ ਵਾਰਡ ਦੇ ਇਲਾਕੇ ਦੇ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਆਪਣੇ ਆਪ ਨੂੰ ਬਹੁਤ ਖੁਸ਼ੀ ਫੀਲ ਕਰਦਾ। ਇਸ ਤਰ੍ਹਾਂ ਮੇਰੇ ਸਾਰੇ ਸਾਥੀ ਮੇਰੇ ਨਾਲ ਖੜੇ ਨੇ, ਮੇਰੇ ਸਾਰੇ ਹਰਦਮ ਖੜੇ ਰਹਿੰਦੇ ਨਾਲ, ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ, ਮੈਨੂੰ ਇੱਕਦਮ ਅੱਗੇ ਲਿਆ ਗਏ ਤੇ ਮੇਰੇ ਨਾਲ ਖੜੇ ਹੋ ਗਏ ਤੇ ਮੈਨੂੰ ਚਿਤਾਉਣ ਦੀ ਕੋਸ਼ਿਸ਼ ਕਰੋ। ਅੰਮ੍ਰਿਤਸਰ ਤੋਂ ਸਨੀ ਸਹੋਤਾ, ਜੀਵੇ ਪੰਜਾਬ ਟੀਵੀ।